ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚੋਂ ਸਪੈਕਟ੍ਰਮ ਤੇ ਆਰਸੀਐਨ ਕੇਬਲ ਨੈਟਵਰਕ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ ਸੀਪੀਐਨ, ਜਾਦੂ ਟੀਵੀ, ਰੋਕੂ, ਸ਼ਾਵਾ ਟੀਵੀ, TV84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਿਵੇਂ ਕਿ ਸਾਨੂੰ ਸਾਰਿਆਂ ਨੂੰ ਮੀਡੀਆ ਦੇ ਰਾਹੀਂ ਇਹ ਗੱਲ ਪਤਾ ਹੈ ਕਿ ਪਿਛਲੇ ਦਿਨੀ ਰਾਸ਼ਟਰੀ ਸਿੱਖ ਸੰਗਤ ਵੱਲੋਂ ਦਿੱਲੀ ਦੇ ਟਾਲਕਟੋਰਾ ਸਟੇਡੀਅਮ ਦੇ ਵਿੱਚ ਇੱਕ ਸਮਾਗਮ ਕਰਵਾਇਆ ਗਿਆ ਸੀ, ਜਿਹੜਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ 350ਵੇਂ ਜਨਮ ਦਿਹਾੜੇ, ਉਹਨਾਂ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੀ। ਪਰ ਨਾਲ ਨਾਲ ਜਦੋਂ ਅਸੀਂ ਇਹ ਸਮਾਗਮ ਦੀ ਗੱਲ ਕਰਦੇ ਹਾਂ, RSS ਦੀ ਗੱਲ ਕਰਦੇ ਹਾਂ, ਤਾਂ RSS ਵੱਲੋਂ ਕਿਸ ਹਿਸਾਬ ਨਾਲ, ਕਿਸ ਤਰੀਕੇ ਦੇ ਨਾਲ ਸਿੱਖ ਹਿਸਟਰੀ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ, ਉਹਦੀ ਵੀ ਉਦਾਹਰਣ ਇਸ ਸਮਾਗਮ ਦੇ ਵਿੱਚੋਂ ਦੇਖਣ ਨੂੰ ਮਿਲੀ, ਜਦੋਂ ਕਿ RSS ਦੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਵੱਲੋਂ ਇਸ ਸਮਾਗਮ ਦੇ ਵਿੱਚ ਐਡਰੈਸ ਕੀਤਾ ਗਿਆ, ਸੰਬੋਧਨ ਕੀਤਾ ਗਿਆ, ਤਾਂ ਉਹਨਾਂ ਵੱਲੋਂ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕੁਝ ਸ਼ਬਦ ਤੇ ਜਿਹੜੀ ਸਿੱਖ ਹਿਸਟਰੀ ਹੈਗੀ ਹੈ ਉਹਨੂੰ ਕਿਵੇਂ ਤੋੜ ਮਰੋੜ ਕੇ ਪੇਸ਼ ਕੀਤਾ ਗਿਆ, ਇਹਦਾ ਸਿੱਖ ਜਗਤ ਦੇ ਵਿੱਚ ਕਾਫੀ ਵਿਰੋਧ ਹੋਇਆ। ਆਮ ਆਦਮੀ ਪਾਰਟੀ ਦੇ ਐਕਸ MLA, ਸਾਬਕਾ MLA ਤੇ ਜਰਨਲਿਸਟ ਰਹੇ ਸਰਦਾਰ ਜਰਨੈਲ ਸਿੰਘ, ਉਹਨਾਂ ਵੱਲੋਂ ਵੀ ਇਸ ਕਾਰਵਾਈ ਦਾ, ਇਸ ਇਹਨਾਂ ਅਮਲਾਂ ਦਾ ਵਿਰੋਧ ਕੀਤਾ ਗਿਆ। ਅੱਜ ਦੀ ਜਿਹੜੀ ਸਾਡੀ ਗੱਲਬਾਤ ਹੋਵੇਗੀ ਉਹ ਇਸੇ ਇਸ਼ੂ ਦੇ ਉੱਪਰ ਹੋਵੇਗੀ ਕਿ ਕਿਸ ਤਰੀਕੇ ਦੇ ਨਾਲ RSS ਵੱਲੋਂ ਇਹ ਜਿਹੜੇ ਅਮਲ ਨੇ ਉਹ ਕੀਤੇ ਜਾ ਰਹੇ ਨੇ ਅਤੇ ਇਹਦੇ ਪਿੱਛੇ ਕਾਰਨ ਕੀ ਨੇ, ਨਾਲ ਨਾਲ ਸਿੱਖ ਕੌਮ ਦਾ ਰਿਐਕਸ਼ਨ ਜੋ ਦੇਖਣ ਨੂੰ ਮਿਲਿਆ, ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਕੀ ਕਰ ਸਕਦੇ ਹਾਂ ਇਹਨਾਂ ਹਮਲਿਆਂ ਨੂੰ ਰੋਕਣ ਦੇ ਲਈ। ਸੋ ਅੱਜ ਸਾਡੇ ਨਾਲ ਦਿੱਲੀ ਤੋਂ ਸਰਦਾਰ ਜਰਨੈਲ ਸਿੰਘ ਫੋਨ ਲਾਈਨ 'ਤੇ ਜੁੜ ਚੁੱਕੇ ਨੇ, ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਜਰਨੈਲ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਰਨੈਲ ਸਿੰਘ ਜੀ, ਜਿਹੜੀ ਇਹ ਮੋਹਨ ਭਾਗਵਤ ਦੀ ਸਟੇਟਮੈਂਟ ਬਾਰੇ ਤੁਹਾਡਾ ਵੀ ਇਹਦੇ ਤੇ ਪ੍ਰਤੀਕਰਮ ਸੀਗਾ, ਮੈਂ ਉਹਦੇ ਬਾਰੇ ਹੀ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਕਿ ਜਿਹੜਾ ਜਿਸ ਪੈਟਰਨ ਦੇ ਹਿਸਾਬ ਨਾਲ RSS ਕੰਮ ਕਰ ਰਹੀ ਹੈ ਤੇ ਖਾਸ ਤੌਰ ਤੇ ਜੇ ਇਸ ਇਵੈਂਟ ਦੀ ਗੱਲ ਕੀਤੀ ਜਾਵੇ ਜੋ ਦਿੱਲੀ ਦੇ ਵਿੱਚ ਹੋਇਆ, ਤੁਸੀਂ ਵੀ ਉਹਦੇ ਤੇ ਆਪਣਾ ਪ੍ਰਤੀਕਰਮ ਦਿੱਤਾ, ਕੀ ਕਹਿਣਾ ਚਾਹੋਗੇ ਇਸ ਬਾਰੇ ਤੇ ਓਵਰਆਲ ਜਿਹੜੀ RSS ਦੀ ਆਈਡੀਓਲੋਜੀ ਹੈਗੀ ਹੈ, ਕਿਸ ਹਿਸਾਬ ਨਾਲ ਸਿੱਖੀ ਨੂੰ, ਸਿੱਖ ਆਈਡੀਓਲੋਜੀ ਨੂੰ, ਸਿੱਖ ਹਿਸਟਰੀ ਨੂੰ ਮਿਸ ਇੰਟਰਪ੍ਰੈਟ ਕੀਤਾ ਜਾਂਦਾ, ਇਸ ਬਾਰੇ ਤੁਸੀਂ ਕੀ ਸਮਝਦੇ ਹੋ? ਦੇਖੋ, RSS ਸ਼ੁਰੂ ਤੋਂ ਹੀ ਜਦ ਤੋਂ ਉਹਦਾ ਜਨਮ ਹੋਇਆ ਉਹ ਇੱਕ ਵਿਚਾਰਧਾਰਾ ਨੂੰ ਲੈ ਕੇ ਚੱਲੀ ਹੈ। ਉਹ ਕੱਟੜ ਹਿੰਦੂ ਵਿਚਾਰਧਾਰਾ ਹੈ ਜਿਹੜੀ ਕਿ ਹਿੰਦੁਸਤਾਨ ਨੂੰ ਇੱਕ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੀ ਹੈ। ਉਹ ਹਿੰਦੂ ਨੇਸ਼ਨ ਦੀ ਗੱਲ ਕਰਦੇ ਨੇ ਤੇ ਉਸ ਹਿੰਦੂ ਨੇਸ਼ਨ ਦੇ ਵਿੱਚ ਉਹ ਜਿਹੜੇ ਸਭ ਨੂੰ ਕਹਿੰਦੇ ਨੇ ਕਿ ਸਾਰਿਆਂ ਦੇ ਉੱਤੇ ਆਪਣਾ ਹਿੰਦੂ ਇੱਤ ਦਾ ਗਲਬਾ ਆ ਜਾਏ। ਤੇ ਹੁਣ RSS ਦੇ ਪ੍ਰਮੁੱਖ ਨੇ ਉਸ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਪ੍ਰੋਗਰਾਮ ਤੋਂ ਬਾਅਦ ਹੁਣ ਕਿਹਾ ਕਿ ਹਿੰਦੁਸਤਾਨ ਹਿੰਦੂਆਂ ਦਾ ਹੈ ਤੇ ਬਾਕੀ ਇੱਥੇ ਰਹਿ ਸਕਦੇ ਨੇ ਪਰ ਹਿੰਦੂਆਂ ਦਾ ਹਿੰਦੁਸਤਾਨ ਹੈ। ਉਹਦੇ ਕਹਿਣ ਦਾ ਭਾਵ ਇਹੀ ਹੈ ਕਿ ਵੀ ਮਕਾਨ ਮਾਲਕ ਤੇ ਅਸੀਂ ਹਾਂ, ਬਾਕੀ ਤੇ ਸਾਰੇ ਕਿਰਾਏਦਾਰੀ ਨੇ। ਹਾਲਾਂਕਿ ਉਹਦੇ ਕਹਿਣ ਨਾਲ ਕੋਈ ਫਰਕ ਪੈਂਦਾ ਨਹੀਂ ਕਿਉਂਕਿ ਇਹ ਸੋਚ ਜਿਹੜੀ ਹੈ ਸ਼ੁਰੂ ਤੋਂ ਜਦ ਤੇ ਬਣੇ ਨੇ, ਜੋ ਅੰਗਰੇਜ਼ਾਂ ਦਾ ਵੇਲਾ ਸੀ ਉਸ ਵੇਲੇ ਵੀ ਇਹਨਾਂ ਨੇ ਆਜ਼ਾਦੀ ਦੀ ਲੜਾਈ ਨਹੀਂ ਲੜੀ। ਇਹਨਾਂ ਨੇ ਭਾਵੇਂ ਭਾਰਤ ਛੱਡੋ ਅੰਦੋਲਨ ਸੀ ਉਹ ਜਿਹੜਾ ਅੰਗਰੇਜ਼ਾਂ ਦੇ ਖਿਲਾਫ, ਉਹ ਵੀ ਨਹੀਂ ਕੀਤਾ। ਇਹਨਾਂ ਨੇ ਉਸ ਵੇਲੇ ਵੀ ਜੋ ਵੀ ਕੁਰਬਾਨੀਆਂ ਹੋਈਆਂ ਉਹਦੇ ਵਿੱਚ RSS ਦੀ 1% ਵੀ ਕੁਰਬਾਨੀ ਨਹੀਂ ਹੈ ਕਿਉਂਕਿ RSS ਦੀ ਸੋਚ ਸ਼ੁਰੂ ਤੋਂ ਇਹ ਸੀ ਕਿ ਹਿੰਦੁਸਤਾਨ ਨੂੰ ਹਿੰਦੂ ਰਾਸ਼ਟਰ ਬਣਾਓ। 47 ਦੇ ਵਿੱਚ ਜਿਹੜਾ ਵੰਡ ਵੰਡਈਆ ਹੋਇਆ ਕਿ ਵੀ ਦੋ ਰਾਸ਼ਟਰਾਂ ਦੇ ਹਿਸਾਬ ਦੇ ਨਾਲ ਕਿ ਦੋ ਕੌਮਾਂ ਨੇ ਵੀ ਜਿਹੜਾ ਉਹ ਮੁਸਲਮਾਨਾਂ ਦੀ ਹੈ ਤੇ ਉਹ ਪਾਕਿਸਤਾਨ ਬੰਗਲਾਦੇਸ਼ ਬਣ ਗਿਆ ਤੇ ਬਾਕੀ ਹਿੰਦੂ ਬਣ ਗਏ, ਜਦਕਿ ਸਿੱਖਾਂ ਦੇ ਲਈ ਇਹ ਸੀ ਕਿ ਇਹ ਸੈਕੂਲਰ ਦੇਸ਼ ਹੈ ਜਿਹਦੇ ਵਿੱਚ ਸਾਰਿਆਂ ਦੀ ਥਾਂ ਆ। ਇਸ ਕਰਕੇ ਸਿੱਖਾਂ ਨੇ ਇੱਥੇ ਰਹਿਣਾ ਆਪਣਾ ਮਨਜ਼ੂਰ ਕੀਤਾ। ਪਰ ਇਹ ਜਿਹੜੀ ਸੋਚ ਹੈ ਇਹਦੇ ਖਿਲਾਫ਼ ਹੀ ਲੜਾਈ ਸਾਡੀ ਹਮੇਸ਼ਾ ਤੋਂ ਰਹੀ ਹੈ। ਇਹ ਹਿੰਦੂ ਰਾਸ਼ਟਰ ਹਿੰਦੁਸਤਾਨ ਬਣਾਉਣਾ ਚਾਹੁੰਦੀਆਂ ਨੇ ਤੇ ਜਦਕਿ ਦੇਸ਼ ਦਾ ਸੰਵਿਧਾਨ ਕਹਿੰਦਾ ਕਿ ਹਿੰਦੁਸਤਾਨ ਇੱਕ ਸੈਕੂਲਰ ਦੇਸ਼ ਹੈ, ਉਹ ਸਾਰਿਆਂ ਦਾ ਦੇਸ਼ ਹੈ। ਤੇ ਜਿੱਥੇ ਸਾਰੀ ਦੁਨੀਆਂ ਅੱਜ ਭਾਵੇਂ ਅਮਰੀਕਾ, ਕੈਨੇਡਾ, ਬਾਕੀ ਸਾਰੀਆਂ ਕੰਟਰੀਆਂ ਉਹ ਆਪਣੇ ਆਪ ਨੂੰ ਇੱਕ ਸੈਕੂਲਰ ਉਹਦੇ ਚੱਲਦੀਆਂ ਨੇ, ਪਰ ਇਹ ਹਿੰਦੁਸਤਾਨ ਦੇ ਵਿੱਚ RSS ਦੀ ਕੋਸ਼ਿਸ਼ ਸੀ, ਲੰਮੇ ਸਮੇਂ ਤੋਂ ਚੱਲਦੀ ਰਹੀ। ਪਹਿਲੇ ਕੀ, ਹਾਲਾਂਕਿ ਕਾਂਗਰਸ ਨੇ ਵੀ ਇਸ ਨੂੰ ਬੈਨ ਕੀਤਾ,
ਪਰ ਕਈ ਜਿਹੜੇ ਹਿੰਦੂਵਾਦੀ ਸੋਚ ਜਿਹੜੀ ਸੀ, ਹਿੰਦੂ ਕੱਟੜਵਾਦੀ ਸੋਚ ਸੀ, ਉਹਨਾਂ ਨੇ ਆਰ ਐਸ ਐਸ ਨੂੰ ਫੇਰ ਚੱਲਣ ਦਿੱਤਾ। ਹੌਲੀ ਹੌਲੀ ਇਹਨਾਂ ਨੇ ਆਪਣੀ ਥਾਂ ਬਣਾਈ, ਕਦੇ ਕਿਸੇ ਦਾ ਸਾਥ ਦਿੱਤਾ, ਕਦੇ ਕਿਸੇ ਦਾ ਸਾਥ ਦਿੱਤਾ, ਕਦੇ ਕਿਸੇ ਦੀ ਬਾਂਹ ਫੜੀ। ਫਿਰ ਧੀਰੇ ਧੀਰੇ ਇਹਨਾਂ ਨੇ ਆਪਣੀ ਪ੍ਰਯੋਗਸ਼ਾਲਾ ਬਣਾਈ, ਉਹਦੇ ਵਿੱਚ ਇਹਨਾਂ ਨੇ ਇੰਦਰਾ ਗਾਂਧੀ ਨੂੰ ਵੀ ਮੈਂ ਕਹਿ ਦਿੰਦਾ ਕਿ ਇਹਨਾਂ ਨੇ ਚੁੱਕ ਦਿੱਤੀ। ਜਿਹਦੇ ਵਿੱਚ ਆਪ ਲਾਲ ਕ੍ਰਿਸ਼ਨ ਅਡਵਾਨੀ ਵੀ ਕਹਿੰਦਾ ਕਿ ਵੀ 84 ਕਰਾਇਆ ਜਾਵੇ, ਵੀ ਦਰਬਾਰ ਸਾਹਿਬ ਤੇ ਹਮਲਾ ਕਰਾਇਆ ਜਾਏ, ਉਹਦੇ ਪਿੱਛੇ ਇਹਨਾਂ ਨੇ ਗੱਲ ਕੀਤੀ। ਇੱਕ ਪ੍ਰਯੋਗ ਸੀ ਇਹਨਾਂ ਦਾ ਹਿੰਦੁਸਤਾਨ ਦੇ ਵਿੱਚ, ਕਦੇ ਗਰੀਬੀ ਹਟਾਓ ਦੇ ਉੱਤੇ ਇਲੈਕਸ਼ਨ ਲੜਿਆ ਗਿਆ, ਕਦੇ ਭ੍ਰਿਸ਼ਟਾਚਾਰ ਹਟਾਓ ਦੇ ਨਾਂ ਤੇ ਇਲੈਕਸ਼ਨ ਲੜਿਆ ਗਿਆ, ਕਦੇ ਹੋਰ ਹੋਰ ਤਰੀਕੇ ਨਾਲ ਵਿਕਾਸ ਦੇ ਉੱਤੇ ਲੜਿਆ ਗਿਆ, ਕਦੇ ਬੈਂਕਾਂ ਦੇ ਰਾਸ਼ਟਰੀਕਰਨ ਤੇ ਲੜਿਆ ਗਿਆ। ਪਰ ਬਾਅਦ ਚੋਂ ਆ ਕੇ ਇਹਨੂੰ ਹਿੰਦੂ ਦੇ ਨਾਂ ਦੇ ਉੱਤੇ ਡਿਵਾਈਡ ਪਾ ਕੇ ਲੜਨ ਦਾ ਕੰਮ ਜਿਹੜਾ ਸੀ ਉਹ ਇੰਦਰਾ ਗਾਂਧੀ ਦੇ ਥਰੂ ਆਰ ਐਸ ਐਸ ਵਾਲਿਆਂ ਨੇ ਹੀ ਕਰਾਇਆ, ਤੇ ਉਹਦੇ ਬਾਅਦ ਇੰਦਰਾ ਗਾਂਧੀ ਨੇ ਵੀ ਇਹੀ ਕੰਮ ਕੀਤਾ, ਤੇ ਜਿਹਦੇ ਵਿੱਚੋਂ 1984 ਦਾ ਹਾਲਾਤ ਪੈਦਾ ਹੋਏ। ਇਹ ਪਹਿਲਾ ਪ੍ਰਯੋਗ ਸੀ ਹਿੰਦੁਸਤਾਨ ਦੇ ਵਿੱਚ ਜਦੋਂ ਕਮਿਊਨਲ ਡਿਵਾਈਡ ਕਰਕੇ ਇਲੈਕਸ਼ਨ ਲੜਨ ਦੀ ਕੋਸ਼ਿਸ਼ ਕੀਤੀ ਗਈ, ਤੇ ਜਿਹਦੇ ਵਿੱਚ ਇੰਦਰਾ ਗਾਂਧੀ ਨੂੰ ਤਾਂ ਦੁਨੀਆਂ ਤੋਂ ਜਾਣਾ ਪਿਆ। ਪਰ ਉਸ ਵੇਲੇ ਪਹਿਲੀ ਵਾਰ ਕਾਂਗਰਸ ਨੇ 406 ਸੀਟਾਂ ਸ਼ਾਇਦ ਮੇਰੇ ਖਿਆਲ ਨਾਲ, ਜੇ ਮੈਂ ਗਲਤ ਨਹੀਂ ਹਾਂ ਤਾਂ, ਜਿੱਤੀਆਂ ਜੋ ਕਿ ਉਹਨੇ ਕਦੇ ਨਹੀਂ ਸੀ ਜਿੱਤੀਆਂ, ਭਾਵੇਂ ਨਹਿਰੂ ਦਾ ਟਾਈਮ ਸੀ, ਭਾਵੇਂ ਕਿਸੇ ਦਾ ਵੀ ਟਾਈਮ ਸੀ, ਇੰਨੀ ਜ਼ਿਆਦਾ ਮੈਜੋਰਿਟੀ ਕਾਂਗਰਸ ਲੈ ਕੇ ਗਈ, ਤੇ ਇਹ ਪਹਿਲੀ ਵਾਰ ਕਾਂਗਰਸ ਨੇ ਇੰਨੀ ਮੈਜੋਰਿਟੀ ਹਾਸਲ ਕੀਤੀ। ਹਾਲਾਂਕਿ ਉਹਦੇ ਬਾਅਦ ਰਾਜੀਵ ਗਾਂਧੀ ਦੀ ਸਰਕਾਰ ਰਹੀ ਨਹੀਂ ਤੇ ਬੀਪੀ ਸਿੰਘ ਦੀ ਬਣ ਗਈ, ਤੇ ਉਹਦੇ ਵਿੱਚ ਬੀਜੇਪੀ ਆ ਗਈ। ਇਹਦੇ ਵਿੱਚ 1992 ਦੇ ਵਿੱਚ ਇਹਨਾਂ ਨੇ ਫਿਰ ਅਯੋਧਿਆ ਅੰਦੋਲਨ ਸ਼ੁਰੂ ਕਰ ਦਿੱਤਾ, ਕਿਉਂਕਿ ਇਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਹਿੰਦੁਸਤਾਨ ਦੇ ਵਿੱਚ ਹੁਣ ਇਹ ਹਿੰਦੁੱਤਵਾ ਦੇ ਨਾਂ ਦੇ ਉੱਤੇ ਅਸੀਂ ਰਾਜ ਕਰ ਸਕਦੇ ਹਾਂ। ਕਾਂਗਰਸ ਸੌਫਟ ਹਿੰਦੁੱਤਵਾ ਲੈਂਦੀ ਸੀ, ਭਾਵੇਂ ਸਿੱਖਾਂ ਦੇ ਖਿਲਾਫ਼ ਤਾਂ ਬਹੁਤ ਹੀ ਹਾਰਡ ਚੱਲਿਆ, ਪਰ ਇਹਨਾਂ ਨੇ ਹੁਣ ਕੱਟੜ ਹਿੰਦੁੱਤਵਾ ਦਾ ਸਾਥ ਲੈ ਲਿਆ, ਤੇ ਹੌਲੀ ਹੌਲੀ ਉਹ ਸਪੇਸ ਜਿਹੜੀ ਹੈ ਉਹ ਬੀਜੇਪੀ ਨੇ ਹਾਸਲ ਕਰਨੀ ਸ਼ੁਰੂ ਕੀਤੀ। ਇਹਨਾਂ ਨੇ ਆਪਣਾ ਇੱਕ ਮਖੌਟਾ ਬੀਜੇਪੀ ਨੂੰ ਬਣਾਇਆ, ਤੇ ਉਹਦੇ ਨਾਲ ਇਹਨਾਂ ਨੇ ਜੋ ਹੈ ਇਹ ਹਾਸਲ ਕੀਤੀ ਹੈ। ਹੁਣ ਜਦੋਂ ਇਹ ਪਹਿਲੀ ਵਾਰ ਤਾਕਤ ਚ ਆਏ ਨੇ ਪੂਰੀ ਤਰ੍ਹਾਂ, ਤੇ ਆਪਣਾ ਹੁਣ ਪੂਰਾ ਏਜੰਡਾ ਹਿੰਦੁੱਤਵ ਦਾ ਪੂਰਾ ਦੇਸ਼ ਚ ਚਲਾਉਣਾ ਚਾਹੁੰਦੇ ਨੇ, ਜਿਹਦੇ ਵਿੱਚ ਇਹ, ਕਿਉਂਕਿ ਮੁਸਲਮਾਨਾਂ ਨੂੰ ਤਾਂ ਸਮਝਦੇ ਨੇ ਕਿ ਵੀ ਇਹ ਬਾਹਰੋਂ ਹਮਲਾਵਰ ਸੀ, ਪਰ ਸਿੱਖਾਂ ਨਾਲ ਕੀ ਕਰੀਏ, ਇਤਿਹਾਸਕ ਸਾਂਝ ਪੈਂਦੀ ਹੈ। ਗੁਰੂ ਤੇਗ ਬਹਾਦਰ ਸਾਹਿਬ ਨੇ ਕੁਰਬਾਨੀਆਂ ਕੀਤੀਆਂ, ਧਰਮ ਰੱਖਿਆ ਕੀਤੀ ਹੈ, ਤੇ ਜਿਸ ਤਰ੍ਹਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਕੁਰਬਾਨੀਆਂ ਕੀਤੀਆਂ, ਜੋ ਗੁਰੂ ਮਹਾਰਾਜ ਦਾ ਇਤਿਹਾਸ ਹੈ, ਉਹਦੇ ਵਿੱਚੋਂ ਫਿਰ ਹੁਣ ਇਹਨਾਂ ਨੇ ਕਿਹਾ ਕਿ ਇਹਨੂੰ ਜਿੱਦਾਂ ਬਹੁਤ ਧਰਮ ਤੇ ਜੈਨ ਧਰਮ ਨੂੰ ਗਲਬਾ ਮਾਰਿਆ ਆਪਣਾ ਧਾਰਾ 25 ਦੇ ਤਹਿਤ ਰੱਖ ਕੇ, ਹੁਣ ਬਹੁਤੀ ਤੇ ਜੈਨੀ ਤਾਂ ਹਿੰਦੁਸਤਾਨ ਚ ਕੋਈ ਰਹਿ ਨਹੀਂ ਗਏ ਨੇ, ਨਾ ਹੀ ਉਹਨਾਂ ਦੀ ਕੋਈ ਆਵਾਜ਼ ਹੈ, ਨਾ ਹੀ ਉਹ ਕੋਈ ਆਪਣੀ ਆਵਾਜ਼ ਚੁੱਕ ਪਾਉਂਦੇ ਨੇ, ਉਹ ਤਕਰੀਬਨ ਹਿੰਦੂ ਗਲਬੇ ਚ ਆ ਚੁੱਕੇ ਨੇ, ਤੇ ਹੁਣ ਉਹਦੇ ਵਿੱਚ ਹੈ। ਹਾਂ, ਥੋੜੀ ਆਵਾਜ਼ ਅਸੀਂ ਚੁੱਕੀ ਕਿ ਬਈ ਆਪਾਂ ਆਰ ਐਸ ਐਸ ਨਾਲ ਸਾਂਝ ਨਹੀਂ ਪਾਉਣੀ, ਅਸੀਂ ਅਲੱਗ ਰਹਾਂਗੇ, ਤੇ ਇਹਨਾਂ ਨੇ ਫਿਰ ਇਹ ਗੱਲ ਮੰਨੀ ਕਿ ਬਈ ਹਿੰਦੁਸਤਾਨ ਅਸੀਂ ਸਿੱਖਾਂ ਦੀ ਅਲੱਗ ਪਹਿਚਾਣ ਮੰਨਦੇ। ਇਹ ਬੜੇ ਹੀ ਸ਼ਾਤਰ ਸ਼ਬਦਾਂ ਦੇ ਨਾਲ ਕਹਿੰਦੇ ਨੇ ਕਿ ਅਸੀਂ ਪਹਿਚਾਣ ਮੰਨਦੇ, ਪਛਾਣ ਤਾਂ ਸਿੱਖ ਦੀ ਹੈ ਹੀ ਹੈ, ਕਿਉਂਕਿ ਸਿਰ ਤੇ ਦਸਤਾਰ ਹੈ, ਦਾੜਾ ਕੇਸ ਹੈਗੇ ਹੈ, ਪਛਾਣ ਤਾਂ ਅਲੱਗ ਹੈ ਹੀ ਹੈ, ਪਰ ਇਹ ਨਹੀਂ ਕਹਿੰਦੇ ਕਿ ਵੀ ਅਸੀਂ ਸਿੱਖਾਂ ਨੂੰ ਮੁਸਲਮਾਨ ਤੇ ਈਸਾਈ ਧਰਮ ਦੀ ਤਰ੍ਹਾਂ ਅਲੱਗ ਮੰਨਦੇ ਹਾਂ। ਉਹ ਜਾਣਬੁੱਝ ਕੇ ਨਾਲ ਜੋੜਦੇ ਨੇ ਕਿ ਅਸੀਂ ਬੋਧੀਆਂ ਤੇ ਜੈਨੀਆਂ ਦੇ ਵਾਂਗੂ ਅਲੱਗ ਮੰਨਦੇ ਹਾਂ, ਕਿਉਂਕਿ ਬੋਧੀਆਂ ਤੇ ਜੈਨੀਆਂ ਨੂੰ ਧਾਰਾ 25 ਦੇ ਵਿੱਚ ਰੱਖ ਕੇ ਇਹਨਾਂ ਨੇ ਉਹੀ ਆਪਣੇ ਹਿੰਦੂ ਗਲਬੇ ਦੇ ਥੱਲੇ ਰੱਖਿਆ ਹੋਇਆ। ਆਪਾਂ ਹਾਲਾਂਕਿ ਹੁਣ ਆਨੰਦ ਮੈਰਿਜ ਐਕਟ ਤਾਂ ਪਾਸ ਨਹੀਂ ਕਰਾ ਸਕੇ, ਪਰ ਆਨੰਦ ਮੈਰਿਜ ਸਰਟੀਫਿਕੇਟ ਦੀ ਜੰਗ ਜਿੱਤੀ ਹੈ, ਪਰ ਜਿਹੜੀ ਇਸ ਜੰਗ ਨੂੰ ਅੱਗੇ ਵੀ ਰੱਖਣਾ ਜ਼ਰੂਰੀ ਹੈ ਜੀ। ਪਰ ਇਹ ਆਰ ਐਸ ਐਸ ਦੀ ਚਾਲ ਹੈ ਜਿਸ ਨੂੰ ਸਿੱਖ ਸਮਝਦੇ ਨੇ, ਔਰ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਜੋ ਅੱਗ ਲਾਇਆ ਇਸੇ ਪ੍ਰਵਿਰਤੀ ਨੇ ਲਾਇਆ, ਨਹੀਂ ਤਾਂ ਸਿੱਖ ਜਿਹੜਾ ਉਹ ਸ਼ੁਰੂ ਤੋਂ ਹੀ ਸੈਕੂਲਰ ਹੈ, ਉਹ ਤਾਂ ਧਾਰਮਿਕ ਜਾਤੀ ਦੀ ਗੱਲ ਕਰਦਾ, ਉਹ ਤਾਂ ਕਹਿੰਦਾ ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣਿਆਈ, ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ। ਪਰ ਇਹ ਜਿਹੜੀ ਸੋਚ ਹੈ ਇਹ ਸਿੱਖਾਂ ਨੂੰ, ਇਹ ਹੁਣ ਦੇਖੋ ਇਹਦੇ ਉੱਤੇ ਜਿਹੜਾ ਉੱਥੇ ਇਹਨਾਂ ਦੀ ਸੋਚ, ਜਿੱਦਾਂ ਅਲੱਗ ਅਲੱਗ ਸੈਕਟ ਬਣਦੇ ਜਾਣ ਸਿੱਖਾਂ ਦੇ ਵਿੱਚ, ਨਾਮਧਾਰੀਏ ਨੇ, ਰਾਧਾ ਸਵਾਮੀ ਨੇ, ਯੇ ਵੋ, ਉਹਨਾਂ ਨੂੰ ਵਧਾਵਾ ਦਿੱਤਾ ਜਾਵੇ, ਜਿਹੜੀ ਸਿੱਖ ਦੀ ਅਸਲ ਪਛਾਣ ਹੈ ਉਹਨੂੰ। ਹੁਣੀ ਪੰਜਾਬ ਕੇਸਰੀ ਦੇ ਵਿੱਚ ਇੱਕ ਮਨਮੋਹਨ ਸ਼ਰਮਾ ਦਾ ਲੇਖ ਵੀ ਆਇਆ, ਜਿਹਦੇ ਵਿੱਚ ਉਹ ਬੜਾ ਤੜਫ ਰਿਹਾ ਤੇ ਉਹ ਗੱਲ ਕਰ ਰਿਹਾ ਕਿ ਵੀ ਜਿਹੜੇ ਇਹ ਅਕਾਲ ਤਖ਼ਤ ਤੋਂ ਹੁਕਮਨਾਮਾ ਸੀ ਜੀ, ਉਹਨੂੰ ਲੈ ਕੇ ਉਹ ਕਹਿ ਰਿਹਾ ਕਿ ਇਹ ਜਿਹੜੇ ਸਿੱਖਾਂ ਨੇ, ਸਿੱਖਾਂ ਦੀ ਅਲੱਗ ਪਹਿਚਾਣ ਖਤਮ ਹੋਣੀ ਚਾਹੀਦੀ ਹੈ, ਸਿੱਖਾਂ ਨੂੰ ਅਲੱਗ ਨਹੀਂ ਕਿਹਾ ਜਾਣਾ। ਇਹਨਾਂ ਦੀ ਸੋਚ ਹੈ, ਇਹ ਢਿੱਡੋਂ ਕਿਸ ਤਰ੍ਹਾਂ ਦੇ ਨੇ ਸਾਨੂੰ ਪਤਾ ਹੈ, ਤੇ ਮੈਨੂੰ ਇਸ ਗੱਲ ਦੀ ਖੁਸ਼ੀ ਵੀ ਹੈ ਕਿ ਜਿਹੜੀ ਸਿੱਖ ਕੌਮ ਦੇ ਅੰਦਰ ਜਿਹੜੀ ਸਿੱਖ ਇੰਟੈਲੀਜੈਂਸੀ ਹੈ ਇਸ ਗੱਲ ਨੂੰ ਸਮਝਦੀ ਹੈ।
ਪਰ ਦੁਖਾਂਤ ਇਹ ਹੈ ਕਿ ਜਿਹੜੀ ਸਿੱਖਾਂ ਦੀ ਇੱਕੋ ਇੱਕ ਮੇਨ ਨੁਮਾਇੰਦਾ ਪਾਰਟੀ ਜੇ ਅਕਾਲੀ ਦਲ ਭਾਵੇਂ ਅਸੀਂ ਫੋਰਚੁਨੇਟਲੀ ਕਹੀਏ ਅਨਫੋਰਚੁਨੇਟਲੀ ਕਹੀਏ ਕਿਉਂਕਿ ਵੋਟਾਂ ਉਹਨਾਂ ਨੂੰ ਪੈ ਜਾਂਦੀਆਂ ਨੇ ਪੰਜਾਬ ਚ ਵੀ ਪੈਂਦੀਆਂ ਰਹੀਆਂ ਉਹ ਜਿਹੜੀ ਪਾਰਟੀ ਹੈ ਉਹਨਾਂ ਨੇ ਭਾਈਵਾਲੀ ਕੀਤੀ ਹੈ ਬੀਜੇਪੀ ਦੇ ਨਾਲ ਜੀ ਉਹ ਭਾਈਵਾਲੀ ਉਹਨਾਂ ਨੇ ਕਰਕੇ ਪੰਜਾਬ ਦੇ ਵਿੱਚ ਇਹਨਾਂ ਦੇ ਪੈਰ ਲਾਏ ਨੇ ਨਹੀਂ ਤਾਂ 5% ਤੋਂ ਜ਼ਿਆਦਾ ਵੋਟ ਪਰਸੈਂਟ ਬੀਜੇਪੀ ਦਾ ਪੰਜਾਬ ਦੇ ਵਿੱਚ ਨਹੀਂ ਸੀ ਜੇ ਉਹਨਾਂ ਨੇ ਉੱਥੇ ਪੰਜਾਬ ਚ ਰਾਜ ਮਾਣਿਆ ਤੇ ਉਹ ਅਕਾਲੀ ਦਲ ਦੇ ਕਰਕੇ ਮਾਣਿਆ ਉਹ ਵੀ ਇੱਕ ਸਿਚੁਏਸ਼ਨ ਹੈ ਕਿ ਕਿਉਂਕਿ ਕਾਂਗਰਸ ਨੇ ਇਹੋ ਜਿਹਾ ਰੋਲ ਅਦਾ ਕੀਤਾ ਪੰਜਾਬ ਦੇ ਵਿੱਚ ਕਿ ਉਹਨਾਂ ਨੇ ਪੰਜਾਬ ਨੂੰ ਪੰਜਾਬ ਦੀ ਦੁਸ਼ਮਣੀ ਬਣਾਈ ਸਿੱਖਾਂ ਨਾਲ ਦੁਸ਼ਮਣੀ ਬਣਾਈ ਦਰਬਾਰ ਸਾਹਿਬ ਤੇ ਹਮਲੇ ਕੀਤੇ 84 ਦੇ ਵਿੱਚ ਸਿੱਖਾਂ ਦੇ ਕਤਲੇਆਮ ਕੀਤੇ ਤੇ ਇਸ ਕਰਕੇ ਤੇ ਕਿਉਂਕਿ ਸਰਕਾਰਾਂ ਚੱਲਣ ਨਹੀਂ ਦਿੰਦੇ ਸੀ ਹਾਲਾਤ ਇਹੋ ਜਿਹੇ ਬਣੇ ਕਿ ਅਕਾਲੀ ਦਲ ਨੂੰ ਇਹ ਵੀ ਲੱਗਾ ਕਿ ਸ਼ਾਇਦ ਬੀਜੇਪੀ ਨਾਲ ਮਿਲ ਕੇ ਕਿਉਂਕਿ ਉਹ ਸੈਂਟਰ ਚ ਹੈਗੀ ਹੈ ਸਾਡਾ ਕੁਛ ਸਵਰ ਜਾਏਗਾ ਪਰ ਸਵਰਨਾ ਕੁਛ ਨੀ ਪੰਜਾਬ ਨੂੰ ਇਹਨਾਂ ਨੇ ਦਿੱਤਾ ਕੁਛ ਨੀ ਨਾ ਕੋਈ ਪੈਕੇਜ ਦਿੱਤਾ ਨਾ ਚੰਡੀਗੜ੍ਹ ਦਾ ਮਸਲਾ ਹੱਲ ਕੀਤਾ ਨਾ ਇਹਨਾਂ ਨੇ ਸਿੱਖਾਂ ਦੇ ਜਿਹੜੇ ਹੋਰ ਬਣਦੇ ਮਸਲੇ ਸੀ ਜਾਂ ਪੰਜਾਬ ਨੂੰ ਹੋਰ ਹੱਕ ਦੇਣ ਦੀ ਗੱਲ ਸੀ ਉਹ ਕੁਛ ਕੀਤਾ ਨਹੀਂ ਜੀ ਪਰ ਇੱਕੋ ਸਿਰਫ ਸੱਤਾ ਹਾਸਲ ਕਰਨ ਦੀ ਗੱਲ ਬਣੀ ਰਹੀ ਤੇ ਹੁਣ ਜੋ ਹੈ ਕਿ ਅਕਾਲੀ ਦਲ ਨੂੰ ਵੀ ਕੰਨ ਹੋਣ ਲੱਗ ਪਏ ਨੇ ਕਿ ਹੁਣ ਉਹਨਾਂ ਦਾ ਬਦਲ ਵੀ RSS ਦੇਖ ਰਹੀ ਹੈ ਕਿਉਂਕਿ ਉਹਨੇ ਰਾਜ ਆਪਣਾ ਹਿੰਦੁਸਤਾਨ ਚ ਪੂਰਾ ਹਾਸਲ ਕਰ ਲਿਆ ਤੇ ਜਿੱਥੇ ਉਹ ਕਾਂਗਰਸ ਮੁਕਤ ਹਿੰਦੁਸਤਾਨ ਦੀ ਗੱਲ ਕਰਦੇ ਨੇ ਉੱਥੇ ਉਹ ਰੀਜਨਲ ਪਾਰਟੀਆਂ ਤੋਂ ਮੁਕਤ ਹਿੰਦੁਸਤਾਨ ਦੀ ਗੱਲ ਵੀ ਕਰਦੇ ਨੇ ਉਹ ਚਾਹੁੰਦੇ ਨੇ ਕਿ ਤਾਮਿਲਨਾਡੂ ਦੇ ਵਿੱਚ ਜਿਹੜੀਆਂ DMK AIDMK ਨੇ ਉਹ ਨਾ ਰਹਿਣ ਜਿਹੜੀ ਪੱਛਮ ਬੰਗਾਲ ਦੇ ਵਿੱਚ ਤ੍ਰਿਣਮੂਲ ਕਾਂਗਰਸ ਹੈ ਉਹ ਨਾ ਰਹੇ ਜਿੱਥੇ ਉਹ ਆਸਾਮ ਦੇ ਵਿੱਚ ਆਸਾਮ ਗਣ ਪਰਿਸ਼ਦ ਵਗੈਰੀ ਪਾਰਟੀਆਂ ਉਹ ਨਾ ਰਹਿਣ ਜਿੱਥੇ ਉਹ ਬਿਹਾਰ ਦੇ ਵਿੱਚ ਹੋਰ ਪਾਰਟੀ ਚ ਉਹਨੂੰ ਨਿਤੀਸ਼ ਕੁਮਾਰ ਨੂੰ ਬਾਂਹ ਮਰੋੜ ਕੇ ਨਾਲ ਲਾਉਣ ਵਾਸਤੇ ਮਜਬੂਰ ਕਰ ਦਿੱਤਾ ਉਸੇ ਤਰ੍ਹਾਂ ਲਾਲੂ ਪ੍ਰਸਾਦ ਯਾਦਵ ਨੂੰ ਖਤਮ ਕੀਤਾ ਜਾਵੇ ਉਸੇ ਤਰ੍ਹਾਂ ਪੰਜਾਬ ਚ ਅਕਾਲੀ ਦਲ ਖਤਮ ਕੀਤਾ ਜਾਵੇ ਨੈਸ਼ਨਲ ਕਾਨਫਰੰਸ ਖਤਮ ਕੀਤੀ ਜਾਵੇ ਜਿੰਨੀਆਂ ਵੀ ਰੀਜਨਲ ਪਾਰਟੀਆਂ ਨੇ ਇਹ ਇੱਥੋਂ ਤੱਕ ਕਿ ਹੁਣ ਸ਼ਿਵ ਸੈਨਾ ਦੇ ਵੀ ਪਿੱਛੇ ਪਏ ਹੈ ਮਹਾਰਾਸ਼ਟਰ ਦੇ ਵਿੱਚ ਕਿਉਂਕਿ ਇਹ ਚਾਹੁੰਦੇ ਨੇ ਕਿ ਹਿੰਦੁਸਤਾਨ ਦੇ ਵਿੱਚ ਇੱਕੋ ਹੀ ਪਾਰਟੀ ਰਹਿ ਜਾਏ ਤੇ ਉਸ ਕਰਕੇ ਉਸ ਲਾਈਨ ਤੇ ਚੱਲੇ ਹੋਏ ਹੈ ਤੇ ਇਹ ਬਹੁਤ ਵੱਡਾ ਖਤਰਾ ਹੈ ਤੇ ਜਿਸ ਨੂੰ ਸਿੱਖਾਂ ਨੂੰ ਸਮਝਣਾ ਪਏਗਾ ਇਹ ਕੋਈ ਵੱਡਾ ਡਿਜ਼ਾਇਨ ਹੈ ਜਿਹਦੇ ਵਿੱਚ ਅਗਰ ਛੋਟੀ ਗੱਲ ਨਹੀਂ ਹੈ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇਹ ਸ਼ਿਵਾਜੀ ਦੇ ਬਰਾਬਰ ਦੱਸਦੇ ਜੋ ਦਸਮ ਪਾਤਸ਼ਾਹ ਸਾਡੇ ਜਿਹਨੂੰ ਅਸੀਂ ਅਕਾਲ ਪੁਰਖ ਦੇ ਅਕਾਲ ਪੁਰਖ ਹੀ ਮੰਨਦੇ ਹਾਂ ਜਿਹਨਾਂ ਨੇ ਆ ਕੇ ਇਸ ਸ੍ਰਿਸ਼ਟੀ ਦੇ ਉੱਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸੱਚ ਦਾ ਚੱਕਰ ਫਿਰਾਇਆ ਨਾਮ ਦਾ ਚੱਕਰ ਫਿਰਾਇਆ ਤੇ ਉਹਨੂੰ ਹਿੰਦੁਸਤਾਨ ਦੇ ਹੀਰੋ ਬਣਾਉਣ ਦੀ ਕੋਸ਼ਿਸ਼ ਕਰਦੇ ਜਦਕਿ ਬਾਬਾ ਮਹਾਰਾਜ ਨੇ ਤਾਂ ਪੂਰੇ ਸ੍ਰਿਸ਼ਟੀ ਨੂੰ ਤਾਰਨ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਸਿੱਖ ਧਰਮ ਦੀ ਨੀਂਹ ਰੱਖੀ ਹੈ ਤੇ ਉਹ ਉਸਨੂੰ ਹੁਣ ਆਪਣੇ ਗਲਬੇ ਚ ਲੈਣ ਦੀ ਉਹਨਾਂ ਦੀ ਕੋਸ਼ਿਸ਼ ਹੈ ਸਾਨੂੰ ਜਾ ਕੇ ਮੌਕਾ ਦੇਣਾ ਪਏਗਾ ਜੀ ਬਿਲਕੁਲ ਜਰਨੈਲ ਸਿੰਘ ਜੀ ਜਿਵੇਂ ਤੁਸੀਂ ਬੜੇ ਵਿਸਥਾਰ ਦੇ ਨਾਲ ਸਾਰੇ ਡਿਜ਼ਾਈਨ ਨੂੰ ਆਪਣੇ ਸ਼ਬਦਾਂ ਦੇ ਵਿੱਚ ਪ੍ਰਗਟਾਇਆ ਕਿ RSS ਕਿਸ ਪੈਟਰਨ ਦੇ ਉੱਤੇ ਕੰਮ ਕਰ ਰਹੀ ਹੈ ਤੇ ਜੇ ਅਸੀਂ ਖਾਸ ਤੌਰ ਤੇ ਇਸ ਇਵੈਂਟ ਦੀ ਜਿਹੜਾ ਦਿੱਲੀ ਦੇ ਵਿੱਚ ਹੁਣ ਹਾਲ ਹੀ ਦੇ ਵਿੱਚ ਹੋਇਆ ਇਹਦੀ ਗੱਲ ਕਰਨੀ ਹੋਵੇ ਤਾਂ ਮੋਹਨ ਭਾਗਵਤ ਦੀ ਜਿੱਦਾਂ ਦੀ ਸ਼ਬਦਾਵਲੀ ਸੀਗੀ ਉਹਦੇ ਵਿੱਚ ਉਸ ਬਾਰੇ ਕੀ ਕਹਿਣਾ ਚਾਹੋਗੇ ਤੇ ਨਾਲ ਹੀ ਜਦੋਂ ਸਿੱਖਾਂ ਨੇ ਮੈਜੋਰਿਟੀ ਸਿੱਖਾਂ ਨੇ ਉਹਦਾ ਵਰਲਡਵਾਈਡ ਬਾਇਕਆਟ ਕੀਤਾ ਜਿਹੜੀ ਇਹ RSS ਵਰਸਿਸ ਸਿੱਖ ਲਾਈਨ ਹੈਗੀ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਿੱਧਰ ਨੂੰ ਜਾਂਦੀ ਦਿਸ ਰਹੀ ਹੈ ਤੁਹਾਨੂੰ ਦੇਖੋ ਇੰਨਾ ਸਭ ਕੁਛ ਹੋਣ ਦੀ ਲੋੜ ਨਹੀਂ ਕਿ ਸਿੱਖਾਂ ਨੇ ਤੇ ਬਾਇਕਆਟ ਕਰ ਦਿੱਤਾ ਇਹ ਤਾਂ ਹਾਲਾਤ ਦੀ ਮਜਬੂਰੀ ਹੈ ਅਕਾਲੀ ਦਲ ਦੀ ਕਿ ਉਹਨੇ ਜੋ ਹੈ ਉੱਥੇ ਬਾਇਕਆਟ ਕਰਨ ਦੀ ਗੱਲ ਕਰ ਦਿੱਤੀ ਨਹੀਂ ਤਾਂ ਇਹ ਇਸੇ ਅਕਾਲੀ ਦਲ ਦੇ ਦਿੱਲੀ ਦੇ ਵਿੱਚ ਬੀਜੇਪੀ ਦੇ ਮੈਂਬਰ ਬਣੇ ਹੋਏ ਨੇ ਉਹਦੇ ਚ ਕੌਂਸਲਰ ਬਣੇ ਹੋਏ ਨੇ MLA ਬਣੇ ਹੋਏ ਨੇ ਉਹ ਅਕਾਲੀ ਦਲ ਦੇ ਚੋਣ ਨਿਸ਼ਾਨ ਦੇ ਉੱਤੇ ਨਹੀਂ ਜਿੱਤੇ ਉਹ ਕਮਲ ਦੇ ਫੁੱਲ ਦੇ ਉੱਤੇ ਜਿੱਤੇ ਹੋਏ ਨੇ ਕਿਉਂਕਿ ਉਹਨਾਂ ਨੇ ਉਹ ਪਿੱਛੇ ਜਿਹੇ ਚ ਬਿਆਨ ਦੇ ਦਿੱਤਾ ਕਿ ਆਪਾਂ ਗੁਰਦੁਆਰਾ ਕਮੇਟੀ ਦੇ ਇਲੈਕਸ਼ਨ ਵੀ ਲੜਨਾ ਚਾਹੁੰਦੇ ਹਾਂ ਤੇ ਸਾਨੂੰ ਵੀ ਸਾਡਾ ਹਿੱਸਾ ਦਿਓ ਤਾਂ ਇਹਨਾਂ ਨੂੰ ਥੋੜੇ ਜਿਹੇ ਕੰਨ ਹੋ ਗਏ ਕਿ ਵੀ ਇਹ ਕੀ ਕਰ ਰਹੇ ਨੇ ਨਹੀਂ ਤੇ ਇਹ ਵੀ ਉਹਨਾਂ ਦੇ ਡੈਸਕ ਤੇ ਬੈਠੇ ਹੋਏ ਨਜ਼ਰ ਆਉਂਦੇ ਤੇ ਹੁਣ ਤੁਸੀਂ ਥੋੜੇ ਚਿਰ ਚ ਦੇਖੋਗੇ ਕਿ ਬਿਆਨ ਅਕਾਲੀ ਦਲ ਦੇ ਆਉਣੇ ਸ਼ੁਰੂ ਹੋ ਜਾਣਗੇ ਕਿ ਨਹੀਂ ਸਾਡੀ ਤਾਂ ਇਹਨਾਂ ਦੇ ਨਾਲ 9 ਮਾਸ ਦਾ ਰਿਸ਼ਤਾ ਇਹ ਸ਼ੁਰੂ ਹੋ ਜਾਏਗਾ ਇਹਦੇ ਚ ਕੋਈ ਵੱਡੀ ਗੱਲ ਨਹੀਂ ਹੈ ਬਾਕੀ ਜਿਹੜੀ ਉਹ ਪ੍ਰੋਗਰਾਮ ਸੀ ਉਹ ਪ੍ਰੋਗਰਾਮ ਦੇ ਵਿੱਚ ਵੀ ਗੱਲ ਉਹੀ ਸੀ ਕਿ ਵੀ ਦੇ ਸ਼ਿਵਾਵਰ ਮੋਹੇ ਇਹ ਹੈ ਸ਼ੁਭ ਕਰਮਨ ਤੇ ਕਬੂ ਨਾ ਡਰੂ ਉਹਨੂੰ ਕਹਿ ਕੇ ਜੀ ਗੁਰੂ ਸਾਹਿਬ ਤਾਂ ਸ਼ਿਵਾ ਜੀ ਦੀ ਉਸਤਤ ਕਰਦੇ ਸੀ ਸ਼ਿਵ ਜੀ ਦੀ ਉਸਤਤ ਕਰਦੇ ਸੀ ਉਹਨਾਂ ਨੂੰ ਇਹ ਨੀ ਪਤਾ ਕਿ ਗੁਰਬਾਣੀ ਦੇ ਅੰਦਰ ਤੇ ਗੁਰੂ ਸਾਹਿਬਾਨ ਨੇ ਸਿਵਾਏ ਇੱਕ ਅਕਾਲ ਪੁਰਖ ਦੇ ਹੋਰ ਕਿਸੇ ਦੀ ਉਸਤਤ ਨਹੀਂ ਕੀਤੀ ਹੈ ਉਹਨਾਂ ਨੇ ਕਿਹਾ ਕਿ ਵੀ 10 ਅਵਤਾਰ ਰਾਜੇ ਹੋਏ ਵਰਤੇ ਮਾਂ ਦੇ ਅਵਦੂਤਾ ਤਿੰਨ ਵੀ ਅੰਤਰ ਪਾਇਓ ਤੇਰਾ ਲਾਏ ਥੱਕੇ ਵਿਭੂਤਾ
ਇਹ ਗੁਰਬਾਣੀ ਚ ਕਿਹਾ ਗਿਆ। ਗੁਰਬਾਣੀ ਦੇ ਵਿਚ ਜੇ ਰਾਮ, ਗੋਪਾਲ, ਗੋਬਿੰਦ, ਕ੍ਰਿਸ਼ਨ ਇਸ ਜਿੰਨੇ ਵੀ ਨਾਮ ਆਏ ਤੇ ਜਿਹਨਾਂ ਨੂੰ ਕੋਈ ਪੁੱਛੇ ਉੱਥੇ ਵੀ ਇਹ ਵੀ ਆਇਆ ਕਿ ਬੋਲੇ ਸ਼ੇਖ ਫਰੀਦ ਪਿਆਰੇ ਅੱਲਾ ਲੱਗੇ, ਅੱਲਾ ਪਾਕ ਪਾਕ ਹੈ ਸ਼ੱਕ ਕਰੋ ਜੇ ਦੂਸਰ ਹੋਏ। ਉੱਥੇ ਖੁਦਾ ਦੇ ਨਾਂ ਦੀ ਵੀ ਗੱਲ ਕੀਤੀ ਗਈ ਹੈ, ਖੁਦਾ ਵੀ ਕਿਹਾ ਗਿਆ ਤੇ ਕੀ ਉਹਦਾ ਮਤਲਬ ਕਿ ਗੁਰੂ ਸਾਹਿਬਾਨ ਜਿਹੜੇ ਨੇ ਹੁਣ ਖੁਦਾ ਨੂੰ ਮੰਨਣ ਲੱਗ ਪਏ ਨੇ। ਗੱਲ ਕੀ ਹੈ, ਜੋ ਵੀ ਅਕਾਲ ਪੁਰਖ ਹੈ ਉਹਦੇ ਕਿੰਨੇ ਵੀ ਨਾਮ ਨੇ, ਕਿਰਤਮ ਨਾਮ ਕਿੰਨੇ ਵੀ ਨੇ। ਗੁਰਬਾਣੀ ਦੇ ਵਿੱਚ ਇੱਕ ਵਿਸਤਾਰ ਹੈ ਕਿ ਕਿਸੇ ਨੇ ਨਿਰਗੁਣ ਭਗਤੀ ਕੀਤੀ, ਕਿਸੇ ਨੇ ਸਰਗੁਣ ਭਗਤੀ ਕੀਤੀ, ਕਿਸੇ ਨੇ ਜੋ ਵੀ ਭਗਤੀ ਕੀਤੀ ਹੈ, ਤੋ ਭਗਤੀ ਜਿਹੜੀ ਕੀਤੀ ਹੈ ਮੁਬਾਰਕ ਹੈ। ਪਰ ਜੇ ਉਹਦੇ ਭਾਵ ਦੇ ਅੰਦਰ ਕੇਂਦਰੀ ਭਾਵ ਅਕਾਲ ਪੁਰਖ ਦਾ ਜਿਹੜਾ ਜਨਮ ਦਾ ਨਹੀਂ ਹੈ, ਕਾਹੇ ਦੇ ਨਰ ਕਰਤ ਕਚਰਾਇਣ ਜਨਮ ਮਰਨ ਤੇ ਰਹਿਤ ਨਾਰਾਇਣ। ਗੁਰੂ ਸਾਹਿਬ ਨੇ ਕਿਹਾ ਕਿ ਬਈ ਕੋ ਕਿਸੇ ਅਸ਼ਟਮ ਥੀਤ ਗੋਬਿੰਦ ਜਨਮਾਂ ਸੀ, ਜਿਹੜੀ ਸ਼ਬਦ ਹੈ ਕਿ ਬਈ ਤੁਸੀਂ ਕਹਿੰਦੇ ਕਿ ਅਸ਼ਟਮੀ ਨੂੰ ਗੋਬਿੰਦ ਜਨਮਿਆ ਸੀ ਤੇ ਉਹ ਜਨਮਿਆ ਨਹੀਂ ਕਦੇ, ਉਹ ਜਨਮ ਦਾ ਨਹੀਂ ਹੈ ਕਿਉਂਕਿ ਉਹ ਜਨਮ ਮਰਨ ਤੋਂ ਰਹਿਤ ਹੈ, ਉਹ ਅਕਾਲ ਪੁਰਖ ਅਜੂਨੀ ਹੈ। ਅਸੀਂ ਉਸ ਅਕਾਲ ਪੁਰਖ ਦੀ ਉਸਤਤ ਕਰਦੇ ਹਾਂ, ਬਾਕੀ ਜੋ ਵੀ ਭਗਤਾਂ ਨੇ ਆਪਣੀ ਭਗਤੀ ਕੀਤੀ ਹੈ ਉਸ ਨੂੰ ਮਹਾਰਾਜ ਨੇ ਇੱਕ ਉਦਾਰ ਹਿਰਦੇ ਦੇ ਨਾਲ ਅਕਾਲ ਪੁਰਖ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਕਿਸੇ ਨੂੰ ਫਿਟਕਾਰਿਆ ਨਹੀਂ ਹੈ, ਇਹ ਗੁਰੂ ਘਰ ਦੀ ਵਡਿਆਈ ਹੈ ਕਿ ਕਿਸੇ ਨੂੰ ਫਿਟਕਾਰਿਆ ਨਹੀਂ ਹੈ, ਪਰ ਉਸ ਨੂੰ ਹੌਲੀ ਹੌਲੀ ਕਿਉਂਕਿ ਉਹ ਭੁੱਲੇ ਹੋਏ ਨੇ ਤੇ ਉਸ ਭੁੱਲੇ ਹੋਏ ਪਰ ਭਾਵਨਾ ਜੇ ਸੁੱਚੀ ਹੈ ਤੇ ਉਹਨੂੰ ਲਿਆ ਕੇ ਅਕਾਲ ਪੁਰਖ ਨਾਲ ਜੋੜਨਾ, ਇੱਕ ਨਿਰਭਉ ਨਿਰੰਕਾਰ ਨਾਲ ਜੋੜਨਾ। ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰਾਮ ਰਵਾਲ, ਕੇਤੀਆਂ ਕੰਨ ਕਹਾਣੀਆਂ ਕੇਤੇ ਵੇਦ ਵਿਚਾਰ। ਕੰਨ ਕਹਾਣੀਆਂ ਤੋਂ ਭਾਵ ਕਿਸ਼ਨ ਦੀਆਂ ਕਿੰਨੀਆਂ ਹੀ ਕਹਾਣੀਆਂ ਤੇ ਰਾਮ ਦੀਆਂ ਕਿੰਨੀਆਂ ਹੀ ਕਹਾਣੀਆਂ, ਮਹਾਰਾਜ ਕਹਿੰਦੇ ਕਿੰਨੇ ਹੀ ਹੋਏ ਹੈ। ਕੇਤੇ ਨੱਚੇ ਮੰਗਤੇ ਗਿੜ ਮੁੜ ਪੂਰੇ ਤਾਲ ਬਾਜਾ ਦੀ ਬਾਜ਼ਾਰ ਮਿਆਏ ਕੱਢੇ ਬਾਜ਼ਾਰ। ਤੇ ਗੁਰੂ ਸਾਹਿਬ ਨੇ ਉਸ ਭਾਵ ਨੂੰ ਇਹ ਸਮਝਣ ਦੀ ਬਜਾਏ ਜਾਣ ਬੁੱਝ ਕੇ ਉਸ ਨੂੰ ਵਿਗਾੜ ਕੇ ਪੇਸ਼ ਕਰਕੇ ਸਿੱਖਾਂ ਦੇ ਵੀ ਭੰਬਲ ਭੂਸਾ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਕਈ ਜਗ੍ਹਾ ਪਾਇਆ ਵੀ ਹੈ। ਇਹ ਸੱਚ ਹੈ, ਮੈਂ ਜਿਹੜੀ ਵੀਡੀਓ ਪਾਈ ਹੈ ਉਹਦੇ ਬਾਅਦ ਮੈਨੂੰ ਕਈ ਆਪਣੇ ਸਿੱਖ ਵੀਰਾਂ ਦਾ ਵੀ ਆਇਆ ਵੀ ਅਸੀਂ ਭੰਬਲ ਭੂਸੇ ਚ ਸੀ ਤੇ ਹੁਣ ਸਾਨੂੰ ਕਲੈਰਿਟੀ ਹੋਈ ਹੈ। ਸਾਡੀ ਕੌਮ ਨੂੰ ਆਪਣੇ ਸਿਧਾਂਤ ਦੇ ਉੱਤੇ ਕਲੀਅਰਲੀ ਪਹਿਰਾ ਦੇਣਾ ਪਏਗਾ। ਸੱਚਾਈ ਇਹ ਹੈ ਕਿ ਅੱਜ ਬੁਰਾ ਨਾ ਮੰਨਿਆ ਜੇ ਬਹੁਤ ਵੱਡਾ ਖਤਰਾ ਸਾਡੇ ਵਾਸਤੇ ਹਿੰਦੁਸਤਾਨ ਦੇ ਵਿੱਚ ਹੈਗਾ। ਸਿੱਖਾਂ ਦੀਆਂ ਧੀਆਂ ਅੱਜ ਦੂਜੇ ਧਰਮਾਂ ਵੱਲ ਜਾ ਰਹੀਆਂ ਨੇ, ਅੱਜ ਉਹਦੇ ਵਿੱਚ ਸਾਨੂੰ ਕੋਈ ਬਹੁਤ ਵੱਡਾ, ਮੈਂ ਸਾਇਲੈਂਟ ਜੈਨੋਸਾਈਡ ਦੀ ਗੱਲ ਕਰ ਰਿਹਾ ਮੈਂ ਇੱਥੇ। ਇੱਕ ਜੈਨੋਸਾਈਡ ਸਾਡਾ ਫਿਜ਼ੀਕਲੀ ਹੋਇਆ, ਇੱਕ ਸਾਡੇ ਨਾਲ ਹੋ ਰਿਹਾ। ਅੱਜ ਸੱਚਾਈ ਇਹ ਹੈ ਕਿ ਬਹੁਤ ਵੱਡੇ ਪੈਮਾਨੇ ਦੇ ਉੱਤੇ ਸਿੱਖਾਂ ਦੀਆਂ ਧੀਆਂ ਦੂਜੇ ਧਰਮਾਂ ਦੇ ਵਿੱਚ ਵਿਆਹ ਕਰਾ ਰਹੀਆਂ ਨੇ, ਜਾ ਰਹੀਆਂ ਨੇ, ਔਰ ਉਸ ਨੂੰ ਐਕਸੈਪਟੇਬਿਲਟੀ ਮਿਲ ਰਹੀ ਹੈ। ਇਹ ਸੱਚਾਈ ਹੈ, ਕੌਮ ਸੁੱਤੀ ਪਈ ਹੈ। ਇਹ ਕੌਮ ਦੇ ਵਿੱਚ ਜਿਹੜੀ ਅੱਗੇ ਜਨਰੇਸ਼ਨ ਆਏਗੀ ਉਹ ਸਿੱਖ ਨਹੀਂ ਬਣੇਗੀ। ਇਹ ਸੱਚਾਈ ਚੱਲ ਰਹੀ ਹੈ, ਹਰ ਕੋਈ ਇਸ ਗੱਲ ਨੂੰ ਸਮਝ ਰਿਹਾ ਪਰ ਬੋਲ ਨਹੀਂ ਰਿਹਾ। ਔਰ ਕੋਈ ਕਹਿੰਦਾ ਕਿ ਚਲੋ ਇਹਦੇ ਘਰ ਦਾ ਮਸਲਾ, ਮੇਰਾ ਸੋਨਾ ਮਸਲਾ ਹੈ, ਇਸ ਨੂੰ ਆਪਾਂ ਸਮਝਣਾ ਪਏਗਾ। ਇਸ ਕਰਕੇ ਹੀ ਮੈਂ 84 ਦੀ ਗੱਲ ਵਾਰ ਵਾਰ ਕਰਦਾ ਹੁੰਦਾ ਤੇ ਹੁਣ 1 ਨਵੰਬਰ ਨੂੰ ਵੀ ਅਸੀਂ ਫਿਰ ਇੱਕ ਡਾਕੂਮੈਂਟਰੀ ਫਿਲਮ ਬਣਾਈ ਹੈ, ਉਹ ਦਿਖਾਉਣ ਜਾ ਰਹੇ ਹਾਂ। ਇਹ ਵੱਡਾ ਇੱਕ ਪ੍ਰੋਗਰਾਮ ਕਰ ਰਹੇ ਹਾਂ ਤੇ ਮੈਂ ਕਹਿੰਦਾ ਕਿ ਜਿਸ ਤਰ੍ਹਾਂ ਦੇ ਨਾਲ ਅਸੀਂ ਮੁਗਲਾਂ ਦੇ ਨਾਲ ਹੋਏ ਘੱਲੂਘਾਰਿਆਂ ਦੀ ਗੱਲ ਕਰਦੇ ਹਾਂ, ਉਹਨਾਂ ਘੱਲੂਘਾਰਿਆਂ ਨੂੰ ਅਸੀਂ ਸਿੱਖ ਇਤਿਹਾਸ ਚ ਦਿਖਾਇਆ ਹੈ, ਪੜ੍ਹਿਆ, ਢਾਡੀ ਵਾਰਾਂ ਗਾਈਆਂ ਨੇ, ਆਪਾਂ ਐਗਜੀਬਿਸ਼ਨ ਦੱਸਿਆ ਹੈ, ਉੱਥੇ ਵਧੀਆ ਮਿਊਜ਼ੀਅਮਸ ਲਾਏ ਜਿਹੜੇ ਗੁਰੂ, ਭਾਵੇਂ ਉਹ ਦਰਬਾਰ ਸਾਹਿਬ ਦਾ ਮਿਊਜ਼ੀਅਮ ਹੋਏ, ਭਾਵੇਂ ਬੰਗਲਾ ਸਾਹਿਬ ਦਾ ਮਿਊਜ਼ੀਅਮ ਹੋਏ, ਉੱਥੇ ਉਹ ਇਤਿਹਾਸ ਦੱਸਿਆ ਹੋਇਆ ਵੀ ਕਿੱਦਾਂ ਸਿੱਖਾਂ ਦੇ ਨਾਲ ਟੋਟੇ ਟੋਟੇ ਕੀਤੇ, ਬੰਦ ਬੰਦ ਕਟਾਏ, ਕੀ ਕੁਛ ਮੁਗਲਾਂ ਨੇ ਕੀਤਾ। ਪਰ ਆਪਾਂ 84 ਚ ਕੀ ਹੋਇਆ ਇਹ ਨਹੀਂ ਦੱਸ ਰਹੇ, ਜੇ ਇਹ ਨਹੀਂ ਦੱਸਾਂਗੇ ਤਾਂ ਫਿਰ ਇਹ ਸਾਡੇ ਲਈ ਦਿੱਕਤ ਖੜੀ ਰਹੇਗੀ। ਸਾਨੂੰ ਆਪਣੇ ਬੱਚਿਆਂ ਨੂੰ, ਆਪਣੀ ਪੀੜ੍ਹੀ ਨੂੰ ਇਹ ਇਤਿਹਾਸ ਦੱਸਣਾ ਪਏਗਾ ਕਿ ਮੁਗਲਾਂ ਨੇ ਜੋ ਸਾਡੇ ਨਾਲ ਕੀਤਾ ਤੇ ਇਹ 1984 ਚ ਸਾਡੇ ਨਾਲ ਹੋਇਆ ਤੇ ਇਹ ਸਾਡੇ ਨਾਲ ਇਹਨਾਂ ਨੇ ਕੀਤਾ, ਇਹ ਪੰਜਾਬ ਦੀਆਂ ਮੰਗਾਂ ਨੂੰ ਇਹਨਾਂ ਨੇ ਠੁਕਰਾਇਆ ਕਿਉਂਕਿ ਉਹ ਇਹਨਾਂ ਨੂੰ ਸਿੱਖਾਂ ਦੀਆਂ ਮੰਗਾਂ ਮੰਨਦੇ ਸੀ। ਭਾਵੇਂ ਜਦਕਿ ਉਹ ਇੱਕ ਰੀਜਨਲ ਮਾਮਲਾ ਸੀ ਕਿ ਚੰਡੀਗੜ੍ਹ ਦਾ ਮਸਲਾ ਸੀ, ਭਾਵੇਂ ਪੰਜਾਬ ਦੇ ਪਾਣੀਆਂ ਦਾ ਮਸਲਾ ਸੀ, ਭਾਵੇਂ ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ ਸੀ। ਬਾਕੀ ਤਮਿਲਨਾਡੂ ਵਾਲੇ ਤਮਿਲ ਦੀ ਗੱਲ ਕਰਨ ਤਾਂ ਕੋਈ ਗੱਲ ਨੀ, ਜੇ ਉੜੀਸਾ ਵਾਲੇ ਉੜੀਆ ਦੀ ਗੱਲ ਕਰਨ ਤਾਂ ਕੋਈ ਗੱਲ ਨੀ, ਬੰਗਾਲ ਵਾਲੇ ਬੰਗਾਲੀ ਦੀ ਗੱਲ ਕਰ, ਪਰ ਪੰਜਾਬ ਵਾਲੇ ਪੰਜਾਬੀ ਦੀ ਗੱਲ ਕਿਉਂ ਕਰਦੇ? ਇਹ RSS ਨੇ ਹੀ ਇਹਦੇ ਵਿੱਚ ਜਦੋਂ 1951 ਦੇ ਵਿੱਚ, 1961 ਦੇ ਵਿੱਚ ਜਦੋਂ ਇਹ ਬੋਲੀ ਦੇ ਉੱਤੇ ਜਦੋਂ ਸਰਵੇਖਣ ਹੋਏ ਉਸ ਵੇਲੇ ਵੀ ਉਹਨਾਂ ਨੇ ਆਪਣੀ ਬੋਲੀ ਜਿਹੜੇ ਪੰਜਾਬੀ ਬੋਲਦੇ ਸੀ ਉਹਨਾਂ ਨੇ ਹਿੰਦੀ ਲਿਖਾਉਣੀ ਸ਼ੁਰੂ ਕੀਤੀ, ਜਿੱਥੋਂ ਪੰਜਾਬ ਦੇ ਵਿੱਚ ਪਾਲਾ ਪੈਣਾ ਸ਼ੁਰੂ ਹੋਇਆ। ਇਸ ਕਰਕੇ RSS ਦਾ ਇਹ ਰੋਲ ਜਨਸੰਘ ਦੇ ਰੂਪ ਦੇ ਵਿੱਚ ਉਸ ਵੇਲੇ ਤੋਂ ਸ਼ੁਰੂ ਹੋਇਆ ਜਿਹਦੇ ਕਰਕੇ ਪੰਜਾਬੀ ਸੂਬੇ ਦਾ ਵਿਰੋਧ ਹੋਇਆ ਤੇ ਉੱਥੋਂ ਦੀ ਇਹ ਸਾਰਾ ਮਸਲਾ ਖੜਾ ਹੋਣਾ ਸ਼ੁਰੂ ਹੋਇਆ।
ਤੇ ਜਿਹਦਾ ਕਰਦੇ ਕਰਦੇ ਆ ਕੇ 84 ਤੱਕ ਆਇਆ ਤੇ ਹੁਣ ਜਦੋਂ ਇਹਨਾਂ ਨੇ ਦੇਖਿਆ ਕਿ 84 ਤੇ ਉਹਦੇ ਬਾਅਦ 95-96 ਤੱਕ ਪੰਜਾਬ ਦੇ ਵਿੱਚ ਬਹੁਤ ਹਾਲਾਤ ਖਰਾਬ ਰਹੇ ਤੇ ਹੁਣ ਇਹ ਦੂਜੇ ਤਰੀਕੇ ਦੇ ਨਾਲ ਹੌਲੀ ਹੌਲੀ ਭਰਾਵਾਂ ਵਾਲੀ ਗਲਵਕੜੀ ਪਾ ਕੇ RSS ਜਿਹੜੀ ਹੈਗੀ ਹੈ ਉਹ ਫੇਰ ਸਿੱਖੀ ਨੂੰ ਜਜ਼ਬ ਕਰਨ ਦੀ ਕੋਸ਼ਿਸ਼ ਕਰ ਰਹੀ। ਜੀ ਜਰਨੈਲ ਸਿੰਘ ਜੀ, ਅੰਤ ਦੇ ਵਿੱਚ ਮੈਂ ਇਹੀ ਜਾਣਨਾ ਚਾਹੂੰਗਾ ਤੁਹਾਡੇ ਕੋਲੋਂ ਕਿ ਤੁਹਾਡੇ ਵਿਚਾਰਾਂ ਦੇ ਵਿੱਚ ਇਹਦਾ ਹੱਲ ਕੀ ਹੈ। ਜਿਸ ਹਿਸਾਬ ਨਾਲ ਅਸੀਂ ਗੱਲ ਕੀਤੀ ਹੈ ਵੀ ਬੁੱਧ ਮਤ ਤੇ ਜੈਨ ਮਤ ਨੂੰ ਆਲਰੇਡੀ ਜਿਹੜੀ RSS ਹੈਗੀ ਹੈ ਜਾਂ ਜਿਹੜੀਆਂ ਹਿੰਦੂਤਵਾ ਫੋਰਸਿਸ ਨੇ ਉਹ ਇੱਕ ਹਿਸਾਬ ਨਾਲ ਆਪਣੇ ਅਧੀਨ ਰੱਖ ਚੁੱਕੀਆਂ ਨੇ, ਆਪਣੇ ਗਲਬੇ ਦੇ ਵਿੱਚ ਲੈ ਚੁੱਕੀਆਂ ਨੇ, ਤੇ ਹੁਣ ਸਿੱਖ ਧਰਮ ਤੇ ਉਹਨਾਂ ਦੀ ਸਿੱਖੀ ਦੇ ਉੱਪਰ ਉਹਨਾਂ ਦੀ ਅੱਖ ਹੈਗੀ ਹੈ, ਕੋਸ਼ਿਸ਼ਾਂ ਜਾਰੀ ਨੇ ਨਿਰੰਤਰ, ਇਹਦਾ ਹੱਲ ਕੀ ਹੈ? ਕਿਵੇਂ ਅਸੀਂ ਜਦੋਂ ਸਿੱਖ ਕੌਮ ਦੀ ਗੱਲ ਕਰਦੇ ਹਾਂ, ਖਾਸ ਕਰਕੇ ਨੌਜਵਾਨ ਪੀੜ੍ਹੀ ਦੀ, ਉਹ ਕੀ ਕਰ ਸਕਦੇ ਨੇ ਇਸ ਸਿਚੁਏਸ਼ਨ ਦੇ ਵਿੱਚ ਤਾਂ ਕਿ ਇਹ ਸਾਰੇ ਅਟੈਕ ਨੂੰ ਰੋਕਿਆ ਜਾ ਸਕੇ, ਠੱਲਿਆ ਜਾ ਸਕੇ? ਦੇਖੋ ਜੀ, ਮਹਾਰਾਜ ਕਹਿੰਦੇ ਅੱਗੋਂ ਦੇ ਜੇ ਚੇਤੀਏ ਤਕਾਇਤ ਮਿਲੇ ਸਜਾਏ। ਸਾਨੂੰ ਚੇਤਨਾ ਪਏਗਾ, ਅਵੇਅਰਨੈਸ ਕ੍ਰੀਏਟ ਕਰਨੀ ਪਏਗੀ, ਤੇ ਉਹ ਭਾਵੇਂ ਸਭ ਤੋਂ ਜ਼ਿਆਦਾ ਅਵੇਅਰਨੈਸ ਸਾਨੂੰ ਪੰਜਾਬ ਚ ਵੀ ਕ੍ਰੀਏਟ ਕਰਨੀ ਪਏਗੀ ਕਿਉਂਕਿ ਸਿੱਖੀ ਦਾ ਮੁੱਢ ਜਿਹੜਾ ਪੰਜਾਬ ਦੇ ਵਿੱਚ ਹੈ। ਤੇ ਇਹ ਇਹਨਾਂ ਗੱਲਾਂ ਦੇ ਉੱਤੇ ਨਾਲ ਮੈਂ ਫਿਰ ਵਾਰ ਵਾਰ ਕਹਿਣਾ ਕਿ ਜਿਸ ਤਰ੍ਹਾਂ ਹੁਣੇ ਵੀ ਜ਼ਿਕਰ ਕੀਤਾ ਕਿ ਵੀ ਮੁਗਲਾਂ ਨੇ ਕੀ ਕੀਤਾ, ਮੁਗਲਾਂ ਦੇ ਨਾਲ ਸਾਡਾ ਕੀ ਇਤਿਹਾਸ ਹੈ, ਉਸੇ ਤਰ੍ਹਾਂ ਜਿਹੜਾ 84 ਦਾ ਇਤਿਹਾਸ ਹੈ ਉਹ ਵੀ ਸਿੱਖ ਕੌਮ ਨੂੰ ਲਗਾਤਾਰ ਚੇਤੇ ਕਰਾਉਣਾ ਪਏਗਾ। ਲਗਾਤਾਰ ਉਹ ਕਹਿੰਦੇ ਨੇ ਇਸ ਨੂੰ ਭੁੱਲ ਜਾਓ, ਭੁੱਲਣ ਦੀ ਲੋੜ ਨਹੀਂ ਹੈ। 84 ਦੇ ਉੱਤੇ ਨਵੰਬਰ ਦੇ ਵਿੱਚ ਕੀ ਹੋਇਆ, ਜੂਨ ਚ ਕੀ ਹੋਇਆ, ਇਸ ਨੂੰ ਲਗਾਤਾਰ ਯਾਦ ਕਰਨ ਦੀ ਲੋੜ ਹੈ, ਇਹਨੂੰ ਆਪਣੇ ਸਿਲੇਬਸ ਚ ਪਾਉਣ ਦੀ ਲੋੜ ਹੈ ਤਾਂ ਕਿ ਇਹ ਸਬਕ ਸਾਡੇ ਕੋਲ ਬਣੇ ਰਹਿਣ, ਸਾਨੂੰ ਚੇਤੇ ਰਵੇ। ਜਿੱਦਾਂ ਅਸੀਂ ਭੁੱਲ ਜਾਂਦੇ ਹਾਂ, ਨੀਂਦ ਚ ਆ ਜਾਂਦੇ ਹਾਂ, ਕੋਈ ਗੱਲ ਨੀ, ਉਸ ਦਿਨ ਸਾਡੇ ਉੱਤੇ ਹਾਵੀ ਹੋ ਜਾਣਗੇ। ਇਸ ਚੀਜ਼ ਨੂੰ ਸਾਨੂੰ ਚੇਤੇ ਰੱਖਣਾ ਪਏਗਾ। ਹੋਰ ਇਹਦੇ ਵਿੱਚ ਫਿਰ ਮੈਂ ਕਹਿੰਦਾ, ਜਿੰਨੇ ਵੀ ਸਾਡੇ ਪ੍ਰਚਾਰਕ ਨੇ, ਜਿੰਨੇ ਵੀ ਸਾਡੇ ਢਾਡੀ ਨੇ, ਜਿੰਨੇ ਵੀ ਸਾਡੀਆਂ ਸੰਸਥਾਵਾਂ ਨੇ, ਉਹਨਾਂ ਨੂੰ ਅਸੀਂ ਕਿਸੇ ਦਾ ਮਾੜਾ ਨਹੀਂ ਮੰਗਦੇ, ਅਸੀਂ ਕਿਸੇ ਹਿੰਦੂ ਦਾ ਵੀ ਮਾੜਾ ਨਹੀਂ ਮੰਨਦੇ, ਅਸੀਂ ਤੇ ਕੁਰਬਾਨੀਆਂ ਕੀਤੀਆਂ, ਪਰ ਅਸੀਂ ਆਪਣੀ ਪਛਾਣ, ਕਿਉਂਕਿ ਇਹ ਗੱਲ ਫਿਰ ਮੈਂ ਕਹਿ ਦਿੰਦਾ, ਇਹ ਗੱਲ ਸਿੱਖੀ ਦੀ ਨਹੀਂ, ਇਹ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਗਤ ਜਲੰਦੇ ਨੂੰ ਉਠਾਰਨ ਵਾਸਤੇ, ਪੂਰੇ ਜਗਤ ਨੂੰ ਉਧਾਰਨ ਵਾਸਤੇ ਹੀ ਸਿੱਖੀ ਦਾ ਧਰਮ ਸ਼ੁਰੂ ਕੀਤਾ ਹੈ, ਜਿਹੜਾ ਕਿ ਇਸ ਪੂਰੀ ਦੁਨੀਆਂ ਦੇ ਕਾਇਨਾਤ ਦੇ ਉੱਤੇ ਇਹ ਧਰਮ ਜਿਹੜਾ ਹੈ ਇਹ ਪੂਰੀ ਦੁਨੀਆਂ ਨੂੰ ਇਕੱਠਾ ਕਰਕੇ ਤੁਰ ਸਕਦਾ ਹੈ, ਜਿਹੜਾ ਸਾਰਿਆਂ ਨੂੰ ਸੱਭੇ ਸਾਂਝੀ ਵਾਲਤਾ ਚ ਲੈ ਕੇ ਤੁਰ ਸਕਦਾ ਹੈ। ਉਸ ਪਰਮਾਤਮਾ ਦਾ ਆਪਣਾ ਉਹ ਧਰਮ ਹੈ, ਤੇ ਇਹ ਲੜਾਈ ਜਿਹੜੀ ਹੈ ਅਕਾਲ ਪੁਰਖ ਦੀ ਆਪਣੀ, ਫਿਰ ਮੈਂ ਕਹਿ ਦਿੰਦਾ ਜਿਸਨੇ ਇਹ ਸਾਜਿਆ, ਮੈਂ ਇਹ ਵੀ ਵਿਸ਼ਵਾਸ ਰੱਖਦਾ ਕਿ ਜਿਸਨੇ ਇਸ ਅਕਾਲ ਪੁਰਖ ਨੇ ਇਸ ਸ੍ਰਿਸ਼ਟੀ ਨੂੰ ਸਾਜਿਆ, ਉਸੇ ਨੇ ਗੁਰੂ ਨਾਨਕ ਰੂਪ ਚ ਆ ਕੇ ਇਹ ਸਿੱਖੀ ਦਾ ਬੂਟਾ ਵੀ ਲਾਇਆ, ਉਹ ਆਪੇ ਰੱਖਿਆ ਵੀ ਕਰੇਗਾ ਤੇ ਆਪੇ ਕਰੇਗਾ, ਪਰ ਸਾਡੇ ਆਪਣੇ ਫਰਜ਼ ਬਣਦੇ ਨੇ, ਉਹਨਾਂ ਨੂੰ ਅਸੀਂ ਪੂਰਾ ਕਰਦੇ ਰਹੀਏ। ਔਰ ਇਸ ਅਵੇਅਰਨੈਸ ਨੂੰ, ਇੱਕ ਮਾਣ ਨੂੰ, ਫਿਰ ਮੈਂ ਕਹਿੰਦਾ ਇੱਕ ਪ੍ਰਾਊਡ ਟੂ ਵੀ ਸਿੱਖੀ ਦੀ ਕੰਪੇਨ ਹੋਣੀ ਚਾਹੀਦੀ ਹੈ ਜੀ, ਬਿਲਕੁਲ ਹੈ ਕਿ ਇਸ ਨੂੰ ਵੀ ਸਮਝਾਉਣ ਦੀ ਲੋੜ ਹੈ ਜੀ। ਜਰਨੈਲ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਤੇ ਇਹ ਸਾਰੇ ਇਸ਼ੂ ਦੇ ਉੱਪਰ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਹ ਸਨ ਆਮ ਆਦਮੀ ਪਾਰਟੀ ਦੇ ਸਾਬਕਾ MLA ਦਿੱਲੀ ਤੋਂ, ਰਜੌਰੀ ਗਾਰਡਨ ਤੋਂ, ਸਰਦਾਰ ਜਰਨੈਲ ਸਿੰਘ, ਜਿਨ੍ਹਾਂ ਨੇ ਇਹ ਸਾਰੇ ਇਸ਼ੂ ਦੇ ਉੱਪਰ ਸਾਡੇ ਨਾਲ ਵਿਚਾਰਾਂ ਕੀਤੀਆਂ ਨੇ। ਉਮੀਦ ਕਰਦੇ ਹਾਂ ਅੱਜ ਦੀ ਜਿਹੜੀ ਗੱਲਬਾਤ ਸੀ ਤੁਹਾਨੂੰ ਪਸੰਦ ਆਈ ਹੋਵੇਗੀ, ਤੇ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਵੀ ਬੇਨਤੀ ਕਰਦੇ ਹਾਂ ਕਿ TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। ਸਾਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ, ਤੇ ਮੰਥਲੀ ਡੋਨੇਸ਼ਨਸ ਦੇ ਲਈ ਵੀ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਸਾਨੂੰ ਸਾਡੇ ਐਡਰੈਸ ਤੇ ਤੁਸੀਂ ਮੇਲ ਕਰ ਸਕਦੇ ਹੋ, 3601 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਇੱਕ ਵਾਰ ਵੈਬਸਾਈਟ ਫਿਰ ਰਿਪੀਟ ਕਰਦਿਆਂ, www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ ਜੀ। ਇਜਾਜ਼ਤ ਦਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।